सत श्रीकाल जी, सवेरा पंजाब देख रहे सारे दर्शकों का स्वागत है। मैं सिमरन लेके हाजिर हाँ न्यूज़ एक्सप्रेस। गल करांगे पंजाब दी हर छोटी वड्डी खबर दी, ते शुरुआत करदे हां पंजाब दीआं कुछ मुख खबरां तो। ममदौर च हिंद पाक सीमा ते स्थित चौंकी जल्लो विखे बीएसएफ 124 बटालियन दे 8 जवानां दी कोरोना रिपोर्ट पॉजिटिव आउण दी खबर सामने आई है। दस दी कि इस चौंकी विच पहला एक जवान कोरोना पॉजिटिव आया सी, जिस दे आधार ते कुल 74 जवानां दे सैंपल लए गए सन, जिन्हां दे विचों अज 8 जणियां दे सैंपल रिपोर्ट पॉजिटिव आई है। गौरतलब है कि कोरोना मरीजां विचों एक महिला कांस्टेबल भी शामिल है। पंजाब भर च कोरोना दा कहर जारी है। सूबे भर दे कई इलाकियां च मामले वधदे जा रहे ने। अज दी गल करिए तां फिरोजपुर च अज 8 बीएसएफ जवानां दी रिपोर्ट पॉजिटिव आई है, जिस तों बाद जिले च कुल 138 केस हो गए ने। इस दे नाल ही जलंधर च अज कोरोना दे 32 मामले सामने आए ने। इन्हां दे नाल ही जलंधर देहाती दे एसएसपी नवजोत सिंह माहल दी कोरोना रिपोर्ट भी पॉजिटिव आई है। उत्थे गुरदासपुर च कोरोना दे 5 नवे मामले सामने आए ने, जिस तों बाद जिले च कुल गिनती 290 हो गई है। लुधियाना च उस वेले गुंडागर्दी दा माहौल बन गया जदों कुछ अणपछाते लोकां वल्लों लुधियाना दे संगला वाले शिवाला रोड ते लोकां दे घरां दे बाहर खड़ियां गड्डियां नूं तोड़ना शुरू कर दिता गया। ते जदों लोकां ने घरां दे बाहर आ के देखिया तां उन्हां दीआं गड्डियां दी तोड़ फोड़ कीती होई सी, जिस दी सूचना पुलिस नूं दित्ती गई ते फिलहाल पुलिस ने मौके ते पहुंच के कार्रवाई शुरू कर दित्ती है। हुण नजर मारदे आं पंजाब दी होर खबरां ते। श्रोमणी अकाली दल दे प्रधान सुखबीर सिंह बादल दा अज 58 जन्म दिन है। इस मौके श्री आनंदपुर साहिब दे समूह श्रोमणी अकाली दल दे वर्करां वल्लों तख्त श्री केसगढ़ साहिब विखे जा के प्रधान सुखबीर सिंह बादल दी चढ़दी कला दे लई गुरु चरणां विच अरदास कीती गई। इस मौके विशेष तौर ते श्री आनंदपुर साहिब तों श्रोमणी गुरुद्वारा प्रबंधक कमेटी दे मेंबर भाई अमरजीत सिंह चावला अते श्रोमणी कमेटी मेंबर प्रिंसिपल सुरिंदर सिंह दे नाल वड्डी गिणती च श्रोमणी अकाली दल दे वर्कर अते लीडर मौजूद सन। इस उपरंत श्रोमणी अकाली दल दे वर्करां वल्लों लड्डू वंड के अपनी खुशी दा इजहार भी कीता गया। अज श्रोमणी अकाली दल दे ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਾਰੇ ਵਿੰਗਾਂ ਦੇ ਮੈਂ ਸਮਝਦਾ ਵਰਕਰਾਂ ਲਈ ਬੜੇ ਮਾਣ ਵਾਲਾ ਦਿਨ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਜੋ ਜਨਮ ਦਿਨ ਹੈ ਉਹ ਅੱਜ ਵਰਕਰ ਜਿਹੜੇ ਆ ਸਾਰੇ ਬੜੀ ਖੁਸ਼ੀ ਨਾਲ ਅਤੇ ਚੜ੍ਹਦੀ ਕਲਾ ਨਾਲ ਮਨਾ ਰਹੇ ਆ। ਮੈਨੂੰ ਇਸ ਗੱਲ ਦਾ ਬੜਾ ਵੱਡਾ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਜਿਸ ਵਿਅਕਤੀ ਦੇ ਹੱਥ ਵਿੱਚ ਹੈ ਉਹ ਇੱਕ ਪਰਖਿਆ ਹੋਇਆ ਇਨਸਾਨ ਹੈ, ਜਿਸ ਨੂੰ ਪੰਜਾਬ ਦੇ ਲੋਕਾਂ ਨੇ ਪਿਛਲੇ 10 ਸਾਲਾਂ ਵਿੱਚ ਵੇਖਿਆ ਕਿ ਕਿੰਨੀ ਵੱਡੀ ਪੰਜਾਬ ਦੀ ਉਹਨਾਂ ਨੇ ਸੇਵਾ ਕੀਤੀ ਆ। ਅੱਜ ਸਾਰੇ ਸਾਡੇ ਜਿੰਨੇ ਵੀ ਵਰਕਰ ਸਾਹਿਬਾਨ, ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਮੈਂਬਰ ਸ਼੍ਰੋਮਣੀ ਕਮੇਟੀ, ਸਾਡੇ ਜਹੇਦਾਰ ਰਾਮ ਸਿੰਘ ਜੀ ਪ੍ਰਧਾਨ ਸ਼ਹਿਰੀ ਸਰਕਲ ਦੇ ਅਤੇ ਬਟੌਰ ਸਾਹਿਬ ਸਾਡੇ ਦੂਜੇ ਸਰਕਲਾਂ ਦੇ ਸਰਸਤ ਰਾਮ ਸਿੰਘ ਜੀ, ਝੱਜ ਸਾਹਿਬ, ਕੁਲਜਿੰਦਰ ਸਿੰਘ ਜੀ, ਰਣਜੀਤ ਸਿੰਘ ਜੀ ਭੱਟੀ ਸਾਹਿਬ ਅਤੇ ਯੂਥ ਵਿੰਗ ਦੇ ਮਾਨਯੋਗ ਪ੍ਰਧਾਨ ਸਰਦਾਰ ਸੁਦੀਪ ਸਿੰਘ ਜੀ ਕਲੋਤਾ ਸਾਹਿਬ, ਇਹਨਾਂ ਸਾਰਿਆਂ ਪ੍ਰਧਾਨਾਂ ਨੇ ਇਕੱਠਿਆਂ ਹੋ ਕੇ ਵਰਕਰਾਂ ਨੂੰ ਇਕੱਠਿਆਂ ਕਰਕੇ ਅਤੇ ਇਸ ਦੇ ਨਾਲ ਹੋਰ ਸਾਡੇ ਜਿੰਨੇ ਵੀ ਵਰਕਰ ਸਾਹਿਬਾਨ ਸਾਰੇ ਇਕੱਤਰ ਹੋਏ ਆ, ਇਹਨਾਂ ਸਾਰਿਆਂ ਨੇ ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੜ੍ਹਦੀ ਕਲਾ ਦੀ ਉੱਥੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਮੈਂ ਸਮਝਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਭਾਵੇਂ ਕਿ ਬਹੁਤ ਅਨੇਰੀਆਂ ਝੁਲੀਆਂ, ਬੜੇ ਤੂਫਾਨ ਖੜ੍ਹੇ ਕਰਨ ਦੇ ਕੋਸ਼ਿਸ਼ ਕੀਤੇ ਗਏ ਆ, ਲੇਕਿਨ ਉਸ ਵਿਅਕਤੀ ਨੇ ਡਿੱਗ ਰਹਿ ਕੇ ਅਡੋਲ ਰਹਿ ਕੇ ਜਿਸ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੇ ਆ, ਨਿਸ਼ਚਿਆ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਭਵਿੱਖ, ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਅਤੇ ਪੰਜਾਬ ਦੇ ਲੋਕਾਂ ਦਾ ਜਿਹੜਾ ਭਵਿੱਖ ਆ ਉਹ ਬੜਾ ਸੁਨਹਿਰੀ ਹੋਵੇਗਾ। ਸ਼੍ਰੀ ਆਨੰਦਪੁਰ ਸਾਹਿਬ ਤੋਂ ਬਿਮਲ ਸੈਣੀ ਦੀ ਰਿਪੋਰਟ। ਪਟਿਆਲਾ ਦੇ ਪਿੰਡ ਸੈਫਦੀਪੁਰ ਵਿੱਚ ਬੀਤੇ ਦਿਨੀ ਔਰਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਵੱਲੋਂ ਸਹੁਰੇ ਪਰਿਵਾਰ ਤੇ ਗੰਭੀਰ ਦੋਸ਼ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਨੂੰ ਉਸ ਦੇ ਸਹੁਰਿਆਂ ਵੱਲੋਂ ਦਹੇਜ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕਾ ਦੇ ਸਹੁਰਾ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਟਿਆਲਾ ਦੇ ਨੇੜਲੇ ਪਿੰਡ ਸੈਫਦੀਪੁਰ 'ਚ ਪੱਖੇ ਨਾਲ ਲਟਕਦੀ 30 ਸਾਲਾ ਦਵਿੰਦਰ ਕੌਰ ਦੀ ਲਾਸ਼ ਮਿਲੀ ਹੈ, ਜਿਸ ਦਾ ਵਿਆਹ 1.5 ਸਾਲ ਪਹਿਲੇ ਹੀ ਹੋਇਆ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਨੂੰ ਉਸ ਦੇ ਸਹੁਰੇ ਪਰਿਵਾਰ ਵਾਲੇ ਨਿੱਤ ਦਿਨੀ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੀ ਅਤੇ ਨਵੀਂ-ਨਵੀਂ ਚੀਜ਼ਾਂ ਦੀ ਮੰਗ ਕਰਦੇ ਸੀ, ਜਿਸ ਦਾ ਫੈਸਲਾ ਪੰਚਾਇਤ ਵੱਲੋਂ ਵੀ ਕਰਵਾਇਆ ਗਿਆ ਸੀ, ਪਰ ਫਿਰ ਵੀ ਉਹ ਉਹਨਾਂ ਦੀ ਲੜਕੀ ਨੂੰ ਪਰੇਸ਼ਾਨ ਕਰਨੋਂ ਨਹੀਂ ਹਟੇ, ਜਿਸ ਕਾਰਨ ਉਹਨਾਂ ਦੀ ਲੜਕੀ ਨੇ ਤੰਗ ਹੋ ਕੇ ਆਤਮ ਹੱਤਿਆ ਕਰ ਲਈ। ਕੀ ਨਾਮ ਹੈ ਤੁਹਾਡਾ? ਗੁਰਦੀਪ ਸਿੰਘ। ਗੁਰਦੀਪ ਜੀ, ਕੀ ਲੱਗਦੇ ਸੀ ਲੜਕੀ ਹੈ? ਮੈਂ ਤਾਂ ਡੈਡੀ ਸੀ। ਅੱਛਾ, ਕੀ ਹੋਇਆ ਜੀ?
ਮੇਰੀ ਡੈਥ ਬੇਟੀ ਨੂੰ ਵੀ ਹਾਲ ਹੈਗਾ ਵੀ ਬਹੁਤ ਤੰਗ ਪਰੇਸ਼ਾਨ ਹੀ ਰੱਖਦੇ ਸੀ ਸਾਹਿਬ ਦੀ ਪਰਵਾਈ ਇਸ ਦੀ ਅਤੇ ਸੱਸ ਵੀ ਸਹੁਰਾ ਵੀ ਅਤੇ ਮੇਰਾ ਜਵਾਈ ਸੀ ਜਿਹੜਾ ਉਹ ਵੀ ਇੱਕ ਦਿਓਰ ਹੈ ਅਤੇ ਮਾਰਦੇ ਕੁੱਟਦੇ ਬਹੁਤ ਸੀਗੀਆਂ ਮਾਰਦੇ ਬਹੁਤ ਸੀ ਮੇਰੀ ਬਹੁਤ ਜ਼ਿਆਦਾ ਮਾਰਦੇ ਕੁੱਟਦੇ ਸੀ ਅਤੇ ਹੁਣ ਜਿੱਦਣ ਹੁਣ ਇਹਨਾਂ ਨੇ ਮਾਰਿਆ ਕੁੱਟਿਆ ਤਾਂ ਇਹ ਰਾਤ ਨੂੰ ਇਹਨਾਂ ਨੇ ਸ਼ਰਾਬ ਪੀਤੀ ਮੇਰਾ ਜਵਾਈ ਸੀ ਨਾਲ ਛੋਟਾ ਮੁੰਡਾ ਸੀ ਇਹਨਾਂ ਨੇ ਮੀਟ ਵੀ ਖਾਧਾ ਉੱਥੇ ਸ਼ਰਾਬ ਪੀਤੀ ਫਿਰ ਮੇਰੀ ਧੀ ਨੂੰ ਪੂਰਾ ਕੁੱਟਿਆ ਇਹਨਾਂ ਨੇ ਸਵੇਰੇ ਫਿਰ ਕੁੱਟਿਆ ਇਹਨਾਂ ਨੇ ਨਾਲੇ ਇਹਦਾ ਸਹੁਰਾ ਵੀ ਸੀ ਮੇਰੀ ਬੇਟੀ ਦਾ ਅਤੇ ਸੱਸ ਵੀ ਸੀ ਇਹ ਚਾਰੇ ਜਣਿਆਂ ਨੇ ਪੂਰਾ ਅਤੇ ਸਵੇਰੇ ਇੱਕ ਗੁਆਂਢਣ ਜਨਾਨੀ ਸੀ ਉਹ ਆਈ ਹੈ ਇਹ ਮੇਰਾ ਜਵਾਈ ਜਾਣਦਾ ਮੈਂ ਅਸੀਂ ਜਾਣਦਾ ਸੁੱਖਾ ਸੁੱਖਾ ਕਹਿੰਦੇ ਸੁੱਖੇ ਦੇ ਘਰ ਵਾਲੀ ਹੈ ਉਹ ਅਤੇ ਉਹਨਾਂ ਨੇ ਆ ਕੇ ਮੈਸੇਜ ਮੇਰੀ ਬੇਟੀ ਨੂੰ ਭੇਜੇ ਨੇ ਸਾਨੂੰ ਵੀ ਆਹ ਦੇਖੋ ਮੈਨੂੰ ਮਾਰ ਰਹੇ ਨੇ ਕੁੱਟ ਨੇ ਅਤੇ ਉਸ ਤੋਂ ਬਾਅਦ ਫਿਰ ਉਹਦਾ ਫੋਨ ਆਉਣਾ ਬੰਦ ਹੋ ਗਿਆ ਕਿੰਨੇ ਚਿਰ ਪਹਿਲਾਂ ਵਿਆਹ ਹੋਇਆ ਸੀਗਾ ਅਤੇ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਚਾਰ ਮਹੀਨੇ ਹੋ ਗਏ ਪੰਜ ਮਹੀਨੇ ਸ਼ੁਰੂ ਤੰਗ ਪਛਾਣ ਕਰ ਜਾ ਸੀ ਜਾਂ ਹੁਣੇ ਸ਼ੁਰੂ ਕੀਤਾ ਸੀਗਾ ਅਤੇ ਉਹ ਦੋ ਮਹੀਨੇ ਬਾਅਦ ਹੀ ਮਤਲਬ ਤੰਗ ਜ਼ਿਆਦਾ ਸ਼ੁਰੂ ਕਰਨਾ ਸ਼ੁਰੂ ਕਰਤਾ ਸੀ ਮੈਨੂੰ ਪਹਿਲੇ ਦਿਨ ਹੀ ਲੱਗ ਗਏ ਸੀ ਕਰਨ ਪਰ ਉਹ ਬੇਟੀ ਥੋੜ੍ਹਾ ਜਿਹਾ ਡਰਦੀ ਦੋ ਮਹੀਨੇ ਬਾਅਦ ਤੋਂ ਬਾਹਲਾ ਹੀ ਤੰਗ ਸ਼ੁਰੂ ਕਰਨਾ ਸ਼ੁਰੂ ਕਰਤਾ ਮੇਰੀ ਬੇਟੀ ਮੈਨੂੰ ਦੱਸਦੀ ਨਹੀਂ ਸੀ ਮੇਰੇ ਕੋਲ ਦੋ ਬੇਟੀਆਂ ਬੇਟੀਆਂ ਨੇ ਜੀ ਘਰ ਵਾਲੀ ਵੀ ਜਦੋਂ ਵੀ ਬੇਟਾ ਸੀ ਕਦੀ ਵੀ ਜਦੋਂ ਵੀ ਸੀ ਜੀ ਪਹਿਲਾਂ ਅਤੇ ਉਹ ਦੋ ਬੇਟੀਆਂ ਜਿਹੜੀ ਰਹਿੰਦੀ ਸੀ ਉਹ ਕਹਿੰਦੀ ਸੀ ਮੇਰਾ ਦੂਜੇ ਰਿਸ਼ਤਾ ਇੱਕ ਹੋਰ ਵਿਆਹ ਨਾਲ ਹੀ ਬੈਠੀ ਹੈ ਉਹ ਆਪਣੇ ਆਪ 'ਚ ਆਪਣਾ ਘਰ ਬਚਾਉਣ ਵਾਸਤੇ ਵਸਾਉਣ ਵਾਸਤੇ ਬਹੁਤ ਕੁਛ ਸੋਚਦੀ ਸੀ ਵੀ ਵਸਾਈ ਹੈ ਇਹ ਨਹੀਂ ਸੀ ਸੋਚਦੇ ਇਹ ਕਹਿੰਦੇ ਸੀ ਅਸੀਂ ਇਹ ਮਰ ਜਾਵੇ ਤਾਂ ਚੰਗਾ ਮਾਰਨ ਚਾਹੁੰਦੇ ਸੀ ਅੱਜ ਵੀ ਜਿਹੜਾ ਰਜਾਈ ਸੀ ਹੁਣ ਛੇ ਮਹੀਨੇ ਦੇ ਉੱਤੇ ਇੱਥੇ ਨੂੰ ਆਏ ਨੂੰ ਹੋ ਗਏ ਨੂੰ ਅਤੇ ਉੱਦਣ ਦਾ ਬਾਹਲੀ ਤੰਗ ਕਰਨ ਲੱਗ ਗਏ ਵੀ ਸਾਰਾ ਟੱਬਰ ਰਹਿ ਕੇ ਬਹੁਤ ਜ਼ਿਆਦਾ ਫਿਰ ਮੈਨੂੰ ਹੁਣ ਦੋ ਮਹੀਨੇ ਤੋਂ ਜ਼ਿਆਦਾ ਦੱਸਣਾ ਸ਼ੁਰੂ ਕਰਦਾ ਡੈਡੀ ਮੈਨੂੰ ਹਾਏ ਮੈਨੂੰ ਇੱਥੋਂ ਮਾਰ ਦੇਣਗੇ ਡੈਡੀ ਮੈਨੂੰ ਮਾਰ ਦੇਣਗੇ ਬਸ ਮੇਰੀ ਬੇਟਾ ਫਿਰ ਅਸੀਂ ਪੰਚਾਇਤਾਂ ਇਕੱਠੀਆਂ ਕੀਤੀਆਂ ਇੱਕ ਪੰਚਾਇਤ ਹੋਈ ਫਿਰ ਰਾਜੀਵਿੰਦਰ ਕਰਕੇ ਥੋੜ੍ਹਾ ਜਿਹਾ ਫਿਰ ਭੇਜ ਦਿੱਤੀ ਕਿਹੜੀ ਜਗ੍ਹਾ ਵਿਆਹ ਹੋਇਆ ਸੀਗਾ ਜੀ ਕਿੱਥੋਂ ਰਹਿਣ ਵਾਲੇ ਤੁਸੀਂ ਕਿੱਥੋਂ ਰਹਿਣ ਵਾਲੇ ਅਸੀਂ ਰਣਜੀਤ ਨਗਰ ਰਹਿਣ ਵਾਲੇ ਹਾਂ ਸਰਹੰਦ ਰੋਡ ਅਤੇ ਜਿਹੜੇ ਇਹ ਆਪਣੇ ਸਾਹਿਬਜੀਪੁਰ ਪਿੰਡ ਹੈ ਜੀ ਯੂਨੀਵਰਸਿਟੀ ਦੇ ਸ਼ੇਖਪੁਰੇ ਦੇ ਨਾਲ ਲੱਗਦਾ ਅਤੇ ਉੱਥੇ ਉੱਥੇ ਰਹਿੰਦੇ ਉੱਥੇ ਵਿਆਹੀ ਸੀ ਮੈਂ ਬੇਟੀ ਕਿਵੇਂ ਮਾਰੇ ਕਿਵੇਂ ਕਿਸ ਤਰ੍ਹਾਂ ਮਤਲਬ ਉਹਨਾਂ ਦੀ ਡੈਥ ਹੋਈ ਕਾਰਨ ਕਾਰਨ ਜੀ ਜਦ ਤੱਕ ਜਦੋਂ ਦੇਖੀ ਹੈ ਇਹਨੂੰ ਇਹਦੇ ਗਲ ਦੇ ਵਿੱਚ ਟੰਗੀ ਪਈ ਸੀ ਸਾਹ ਲੈ ਕੇ ਪਰ ਸਾਨੂੰ ਨਹੀਂ ਪਤਾ ਇਹਨਾਂ ਨੇ ਮਾਰ ਕੇ ਟੰਗ ਤੀ ਕਿ ਸਾਡੇ ਸਾਹਮਣੇ ਉਹ ਮਾਰੀ ਪਈ ਸੀ ਪੁਲਿਸ ਵੀ ਪਹੁੰਚੀ ਹੈ ਅਤੇ ਮਾਰ ਕੇ ਇਹਨਾਂ ਨੇ ਜੋ ਨਿਸ਼ਾਨ ਹੈ ਪੋਸਟਮਾਰਟਮ ਵਿੱਚ ਰਿਪੋਰਟ ਆਏ ਸੀ ਲੱਗੀਆਂ ਇਹਨਾਂ ਨੇ ਆਹ ਬਿਮਾਰੀ ਹੈ ਜੀ ਇਹਨਾਂ ਸਾਰੇ ਸਵੇਰੇ ਵੀ ਇਹ ਮਾਰਦੇ ਰਹੇ ਨੇ ਉਹ ਜਨਾਨੀ ਵੀ ਆਈ ਹੈ ਜਿਹੜੀ ਇੱਕ ਹੋਰ ਸੀ ਨਾਲ ਗੁਆਂਢ ਨੇ ਦੱਸਿਆ ਮਾਰੀ ਹੈ ਉਹਦਾ ਚਵਾਰਾ ਚੂਰਾ ਨਾਲ ਹੀ ਉੱਥੇ ਉਹਦੇ ਘਰ ਮੇਰਾ ਜਿਹੜਾ ਜਵਾਈ ਹੈ ਜਾਂਦਾ ਗਲਤ ਨਜਾਇਜ਼ ਸੰਬੰਧ ਨੇ ਉਹਦੇ ਉਹਦੇ ਨਾਲ ਪੁਲਿਸ ਮਾਮਲੇ ਦੱਸਦੇ ਪੁਲਿਸ ਨੂੰ ਕੁੜੀ ਨੇ ਫੋਨ ਕੀਤਾ ਜੀ ਪੁਲਿਸ ਨੂੰ ਹਾਂ ਉਹਦੀ ਰਿਕਾਰਡਿੰਗ ਵੀ ਹੈਗੀ ਹੈ ਜੀ ਸਭ ਕੁਛ ਹੈਗਾ ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ 306 ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ SHO ਥਾਣਾ ਸਦਰ ਬਿੱਕਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ ਤੇ ਸਹੁਰੇ ਪਰਿਵਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹਨਾਂ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਸਰ ਦੱਸ ਦਿਓ ਕੀ ਮੈਟਰ ਜਿਹੜਾ ਕੱਲੋਂ ਫਾਲ ਆ ਕੇ ਹੈਗਾ ਕਿ ਉਹਦੇ ਘਰ ਦਾ ਆਰੋਪ ਹੈ ਕਿ ਉਹਨਾਂ ਨੂੰ ਮਾਰਿਆ ਗਿਆ ਦਵਿੰਦਰ ਕੌਰ ਇੱਕ ਵਾਈਫ ਆਫ ਗੁਰਵਿੰਦਰ ਸਿੰਘ ਸੀ ਉਮਰ 30 ਸਾਲ ਦੀ ਸੀ ਸਰਦੀਪੁਰ ਪਿੰਡ ਵਿਆਹੀ ਹੋਈ ਸੀ ਡੇਢ ਸਾਲ ਪਹਿਲਾਂ ਹਸਨਪੁਰ ਪਰੋਤਾਂ ਜਿਹੜਾ ਆਪਣਾ ਬਾਰਨ ਦੇ ਨੇੜੇ ਆ ਇਸ ਪਿੰਡ ਦੇ ਸੀ ਗੁਰਦੀਪ ਸਿੰਘ ਦੀ ਲੜਕੀ ਉੱਥੇ ਡੇਢ ਸਾਲ ਪਹਿਲਾਂ ਗੁਰਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਇਸ ਤੋਂ ਪਹਿਲਾਂ ਵੀ ਇਹਨਾਂ ਦਾ ਆਪਸ ਦੇ ਵਿੱਚ ਕੁਛ ਪਰਿਵਾਰਕ ਕਲੇਸ਼ ਰਹਿੰਦਾ ਸੀ 15-20 ਦਿਨ ਪਹਿਲਾਂ ਇਹਨਾਂ ਦਾ ਆਪਸੀ ਸਮਝੌਤਾ ਹੋਇਆ ਸੀ ਇਹ ਥੋੜ੍ਹੇ ਦਿਨ ਪਹਿਲਾਂ ਹੀ ਇੱਥੇ ਘਰੇ ਆਈ ਸੀ ਇੱਥੇ ਅਤੇ ਕੱਲ੍ਹ ਇਸ ਨੇ ਜਦੋਂ ਸਾਨੂੰ ਇਤਲਾਹ ਮਿਲੀ ਇਸ ਨੇ ਚੁੰਨੀ ਦੇ ਨਾਲ ਪੱਖੇ ਦੇ ਲਮਕ ਚੁੰਨੀ ਨਾਲ ਫਾਹਾ ਲਿਆ ਹੋਇਆ ਸੀ ਅਤੇ ਇਸ ਦੇ ਜਿਹੜਾ ਫਾਦਰ ਆਏ ਦਾ ਮੰਡੀ ਬੋਰਡ 'ਚ ਲੱਗਿਆ ਗੁਰਦੀਪ ਸਿੰਘ ਉਸ ਦੇ ਬਿਆਨਾਂ ਦੇ ਉੱਪਰ ਅਸੀਂ ਇੱਕ FIR ਨੰਬਰ 126 ਅੰਡਰ ਸੈਕਸ਼ਨ 306 IPC ਦਰਜ ਰਜਿਸਟਰ ਕੀਤੀ ਹੈ ਜਿਹਦੇ ਵਿੱਚ ਇਹਨਾਂ ਨੇ ਦੋਸ਼ ਲਾਏ ਨੇ ਗੁਰਵਿੰਦਰ ਸਿੰਘ ਸਤਿੰਦਰਪਾਲ ਰਣਜੀਤ ਕੌਰ ਅਤੇ ਲਖਵਿੰਦਰ ਸਿੰਘ ਜਿਹੜੇ ਦੇ ਪਰਿਵਾਰਕ ਮੈਂਬਰ ਸੀ ਸਹੁਰਾ ਪਰਿਵਾਰ ਦੇ ਇਹਨਾਂ ਦੇ ਉੱਪਰ ਲਾਏ ਨੇ ਕਿ ਇਹਨਾਂ ਨੇ ਇਸ ਨੂੰ ਮਜਬੂਰ ਕੀਤਾ ਤੰਗ ਪਰੇਸ਼ਾਨ ਕਰਦੇ ਸੀ ਮਰਨ ਲਈ
ਇਹਦੇ ਕਰਕੇ ਅਸੀਂ ਤੰਗ ਪਰੇਸ਼ਾਨ ਦਾ ਕਾਰਨ ਕਿ ਦੇਜ ਮੰਗਦੇ ਸੀ ਜਾਂ ਕਿਸ ਤਰ੍ਹਾਂ ਨਹੀਂ ਇਹ ਤਫਤੀਸ਼ ਦੇ ਮੈਟਰ ਅੱਗੇ ਫਿਲਹਾਲ ਤਾਂ ਜੋ ਉਹਨਾਂ ਨੇ ਜਿਵੇਂ ਸਾਨੂੰ ਲਿਖਾਇਆ ਅਸੀਂ ਉਸ ਪਟਿਆਲਾ ਤੋਂ ਕੁਲਵਿੰਦਰ ਘੁੰਮਣ ਦੀ ਰਿਪੋਰਟ। अजनाला दे एक मेडिकल स्टोर मालक ने अपनी दवाइयां वाली दुकान नू गुरु नानक मोदी खाने वांग खोलिया है, जिथे की लोकां नू फ्री दवाइयां दित्तियां जाणगियां। दस दी कि लुधियाना विखे गुरु नानक मोदी खाना तो प्रभावित हो के ए मोदी खाना खोलिया गया है। इस संबंधी अजनाला दे मेडिकल स्टोर मालक हरमीत सिंह संधू ने कहा कि ओ लुधियाना विखे बलजिंदर सिंह जिंदू वल्लों खोले गए गुरु नानक मोदी खाने तो प्रभावित होए ने, ते हुण ओ अपने मेडिकल स्टोर नू गुरु नानक मोदी खाने वांग चलाउणगे अते लोकां नू घट रेट ते दवाइयां दे के उनां दी सेवा करनगे। मैं हाथ जोड़ के बेनती करदी आं अपने नगर निवासियां के जनाले दे विच मोदी खाना खुल्ला वा, आण के दवाई इत्थों लओ ते वेखो जमाओ, ते बाहर दे दुकानां तों वेखो ते इत्थों वेखो किन्ना फर्क जे, ते बहुत ज़्यादा फर्क जे। असीं अचानक बाजार आए हाँ ते दवाई लै लगे होर के दुकान तों ते असीं वेख्या ते असीं आए हाँ, पर सानूं इक्को पता लिया उहदे विच बहुत फर्क जा पिया। वाहिगुरू जी खालसा वाहिगुरू जी। ਅਸੀਂ ਵੇਖੋ ਜੀ ਨਿਮਾਣਾ ਜਿਹਾ ਯਤਨ ਕੀਤਾ ਵਾ, ਜਿੰਨਾ ਵੱਧ ਤੋਂ ਵੱਧ ਹੋ ਸਕਦਾ ਲੋਕਾਂ ਨੂੰ ਵੱਧ ਤੋਂ ਵੱਧ ਵਾਜਬ ਰੇਟਾਂ 'ਤੇ ਚਾਰ ਚੀਜ਼ ਦਵਾਓ। ਇਹ ਅਸੀਂ ਜਿਹੜਾ ਲੁਧਿਆਣੇ ਖੁੱਲ੍ਹਾ ਵਾ ਬਲਜਿੰਦਰ ਸਿੰਘ ਜਿੰਦੂ, ਉਹਨਾਂ ਨੇ ਮੋਦੀ ਖਾਣਾ ਗੁਰੂ ਨਾਨਕ ਮੋਦੀ ਖਾਣਾ ਖੋਲ੍ਹਿਆ, ਉਹਨਾਂ ਨੇ ਵੀ ਲੋਕਾਂ ਨੂੰ ਵਾਜਬ ਰੇਟਾਂ 'ਤੇ ਚੀਜ਼ਾਂ ਦਿੱਤੀਆਂ। ਅਸੀਂ ਵੀ ਉਹ ਜਿਹੇ ਯਤਨ ਕੀਤਾ ਵਾ ਵੀ ਜੋ ਵੀ ਹੋ ਸਕਦਾ ਉਹ ਵੱਧ ਤੋਂ ਵੱਧ ਲੋਕਾਂ ਨੂੰ ਲੈਸ 'ਤੇ ਚੀਜ਼ ਦਵਾਓ। ਹੋ ਸਕਦਾ ਹੋਏਗਾ ਜੀ, ਜਿਹੜਾ ਕੋਈ ਚੰਗਾ ਕੰਮ ਕਰਨਾ ਲੋਕ ਕਿਹੜਾ ਕਰਨ ਦਿੰਦੇ ਆ, ਜਿੰਨਾ ਇੱਕ ਕੋਸ਼ਿਸ਼ ਉਹ ਅਸੀਂ ਕਰਾਂਗੇ, ਨਾ ਆਊ ਫਿਰ ਵੇਖੀ ਜਾਊ ਜੋ ਮਾਲਕ ਨੂੰ ਮਨਜ਼ੂਰ ਹੋ ਕੱਢ ਦੇਣ, ਕੋਈ ਗੱਲ ਨਹੀਂ ਮਹਾਰਾਜ ਇਹਨਾਂ ਨਾ ਕੱਢੇ ਕਿਸੇ ਤੋਂ, ਬਾਕੀ ਨਹੀਂ ਕੋਈ ਗੱਲ ਕਿਸੇ ਦੀ ਨਹੀਂ ਕਰਵਾ, ਯੂਨੀਅਨ ਕੱਢਦੇ ਨਾ ਸਾਨੂੰ ਕੋਈ ਚਿੰਤਾ ਨਹੀਂ ਗੀ। ਅਸੀਂ ਤਾਂ ਬਾਬੇ ਨਾਨਕ ਦੇ ਨਾਂ 'ਤੇ ਕੰਮ ਸ਼ੁਰੂ ਕੀਤਾ ਵਾ, ਹੁਣ ਜੋ ਬਾਬਾ ਨਾਨਕ ਕਰੂਗਾ ਬਾਬੇ ਨਾਨਕ ਨੇ ਯੂਨੀਅਨ 'ਚ ਬਿਠਾਉਣਾ ਅਤੇ ਬਾਬੇ ਨਾਨਕ ਨੇ ਯੂਨੀਅਨ 'ਚ ਪਾਉਣਾ, ਜੋ ਬਾਬਾ ਨਾਨਕ ਕਰੂ ਸਾਨੂੰ ਮਨਜ਼ੂਰ। ਅਸੀਂ ਦਵਾਈਆਂ ਤਕਰੀਬਨ ਸਾਡੇ ਕੋਲ ਹੈਗੀਆਂ ਸਾਰੀਆਂ ਹੈਗੀਆਂ, ਜੇ ਹੋਰ ਵੀ ਕਿਸੇ ਦੀ ਕੋਈ ਡਿਮਾਂਡ ਹੋਊਗੀ ਅਸੀਂ ਉਹ ਵੀ ਮੰਗਾ ਕੇ ਦੇਵਾਂਗੇ, ਇੱਕ ਹਫ਼ਤੇ ਦੇ ਵਿੱਚ ਵਿੱਚ ਉਹਨੂੰ ਹਰ ਚੀਜ਼ ਮੁਹੱਈਆ ਕਰਾਵਾਂਗੇ। ਮੈਡੀਸਨ ਤੋਂ ਐਕਸਟਰਾ ਸਾਡੇ ਲਾਗੇ ਰਿਲੇਟਿਵ ਉਹਨਾਂ ਨੇ ਕੀਤਾ ਵਾ ਸਾਰਾ, ਕਰਿਆਨੇ ਦਾ, ਬੇਕਰੀ ਦਾ, ਹਰ ਚੀਜ਼ ਦਾ, ਪਤੰਜਲੀ ਦਾ, ਉਹਤੇ ਉੱਤੇ ਵੀ ਉਹਨਾਂ ਨੇ ਵੀ ਇਹੋ ਸਿਸਟਮ ਚਲਾਇਆ, ਉਹਤੇ ਵੀ ਹਰ ਚੀਜ਼ ਦੇ ਉੱਤੇ ਲੈਸ ਮਿਲੂਗੀ। ਉੱਥੇ ਇਸ ਮੌਕੇ ਦਵਾਈ ਲੈਣ ਆਏ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਬਾਜ਼ਾਰ ਨਾਲੋਂ ਇੱਥੇ ਘੱਟ ਰੇਟ 'ਤੇ ਦਵਾਈ ਮਿਲ ਰਹੀ ਹੈ ਅਤੇ ਉਹਨਾਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ। ਉੱਥੇ ਹੀ ਲੋਕਾਂ ਨੇ ਬਾਕੀਆਂ ਨੂੰ ਵੀ ਅਪੀਲ ਕੀਤੀ ਕਿ ਲੋਕ ਗੁਰੂ ਨਾਨਕ ਮੋਦੀ ਖਾਨੇ ਤੋਂ ਆ ਕੇ ਦਵਾਈ ਖਰੀਦਣ। ਮੈਂ ਸੰਧੂ ਮੈਡੀਕਲ ਸਟੋਰ 'ਤੇ ਆਇਆ ਜੀ, ਆਹ ਮੈਡੀਸਨ ਹੈ ਨੈਟਰੋਜੈਟ 2.6, ਇਹ ਮੈਂ ਅੰਮ੍ਰਿਤਸਰ ਤੋਂ ਹਾਰਟ ਦੀ ਮੈਡੀਸਨ ਹੈ ਮੇਰੇ ਮੰਮਾ ਦੀ, 180 ਰੁਪਏ ਦੀ ਲੈ ਕੇ ਆਉਂਦਾ ਹਾਂ। ਇਹਨਾਂ ਨੇ ਅੱਜ 145 ਰੁਪਏ ਦੀ ਦਿੱਤੀ ਹੈ, ਜੋ ਮੇਰਾ ਅੰਮ੍ਰਿਤਸਰ ਜਾਣ ਦਾ ਤੇਲ ਖਰਚਾ ਜਾਂ ਕੋਈ ਬੱਸ ਕਿਰਾਇਆ ਸਾਰਾ ਬਚਿਆ, ਅਤੇ ਲੁੱਟ ਸੁੱਟ ਤੋਂ ਵੀ ਬਚੇ ਹੈ ਜਿਹੜੀ ਉੱਥੇ ਬਚਾਈ ਇਹਨਾਂ ਨੇ। ਸੋ ਇਹੋ ਜਿਹੇ ਉਪਰਾਲੇ ਹੋਰ ਵੀ ਹੋਣੇ ਚਾਹੀਦੇ ਹੈ। ਸੰਧੂ ਮੈਡੀਕਲ ਸਟੋਰ 'ਤੇ ਇਹਨਾਂ ਨੇ ਬਹੁਤ ਵਧੀਆ ਕੀਤਾ, ਇਹ ਖੋਲ੍ਹਿਆ ਹੈ ਅਤੇ ਲੋਕਾਂ ਦੀ ਜਿਹੜੀ ਸੇਵਾ ਕਰ ਰਹੇ ਨੇ, ਇਹੋ ਜਿਹੇ ਹੋਰ ਵੀ ਖੁੱਲ੍ਹਣੇ ਚਾਹੀਦੇ ਹੈ ਜਾਂ ਕਿ ਲੋਕ ਜਿਹੜੇ ਇਸ ਲੁੱਟ ਸੁੱਟ ਤੋਂ ਬਚ ਸਕਣ। ਅਜਨਾਲਾ ਤੋਂ ਪੰਕਜ ਮਲੀ ਦੀ ਰਿਪੋਰਟ। ਪੰਜਾਬ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ, ਇਸ ਦੇ ਚਲਦਿਆਂ ਸਬਜ਼ੀਆਂ ਦੇ ਭਾਅ ਵੀ ਆਸਮਾਨ ਨੂੰ ਛੂਹ ਰਹੇ ਨੇ, ਜਿਸ ਕਾਰਨ ਆਮ ਲੋਕਾਂ ਦੇ ਰਸੋਈ ਦਾ ਸਵਾਦ ਵੀ ਵਿਗੜ ਗਿਆ ਹੈ। ਗੱਲ ਕਰੀਏ ਗੁਰਦਾਸਪੁਰ ਦੀ ਤਾਂ ਇੱਥੇ ਲੋਕ ਸਬਜ਼ੀਆਂ ਦੇ ਭਾਅ ਵਧਣ ਤੋਂ ਪਰੇਸ਼ਾਨ ਨੇ, ਜਿਸ ਕਰਕੇ ਉਹਨਾਂ ਸਰਕਾਰ ਤੋਂ ਰਾਹਤ ਦੀ ਮੰਗ ਕਰ ਰਹੇ ਨੇ। ਅਤੇ ਤੁਸੀਂ ਵੀ ਦੇਖੋ ਕੀ ਕਹਿਣਾ ਹੈ ਗੁਰਦਾਸਪੁਰ ਦੇ ਲੋਕਾਂ ਦਾ। ਇੱਕ ਤਾਂ ਕੁਛ ਆਪਣੇ ਤੇਲ ਬਹੁਤ ਮਹਿੰਗਾ ਹੋ ਜਾਣ ਡਿਆ, ਉਹਦੇ ਕਰਕੇ ਕੁਛ ਬਰਸਾਤਾਂ ਕਰਕੇ ਵੀ ਤੇਜ਼ ਹੋ ਰਹੀ ਆ। ਅੱਗੇ ਆਲੂ ਸੀ ਆਪਣਾ 20 ਰੁਪਏ ਕਿਲੋ, ਹੁਣ 25 ਰੁਪਏ ਆਲੂ ਦਾ ਭਾਅ ਜੇ, ਅੱਗੇ ਟਮਾਟਰ ਸੀ 10-15 ਰੁਪਏ ਕਿਲੋ, 50-60 ਰੁਪਏ ਟਮਾਟਰ ਦਾ ਭਾਅ ਹੋ ਗਿਆ। ਇਸ ਕਰਕੇ ਸਾਰਾ ਸੌਦਾ ਮਹਿੰਗਾ ਹੋਈ ਜਾ ਰਿਹਾ, ਕਾਰਨ ਇਹੀ ਕਿ ਆਪਣਾ ਬਾਹਰੋਂ ਗੱਡੀਆਂ 'ਚ ਆਉਂਦੇ ਹੁੰਦੇ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਉਹਦੇ ਕਰਕੇ, ਅਤੇ ਨਾਲੇ ਕੁਛ ਬਰਸਾਤ ਕਰਕੇ ਸੌਦਾ ਘੱਟ ਜਾਂਦਾ ਹੈ, ਇਸ ਕਰਕੇ ਇਹਦਾ ਰੇਟ ਵੱਧ। ਗਾਹਕ ਨੂੰ ਵੀ ਫਰਕ ਪੈਣਾ ਜੀ, ਜਦੋਂ ਗਾਹਕ ਦੀ ਆਪਣੇ ਜੇਬ 'ਚ ਖਰਚੇ ਤੇਜ਼ੀ ਹੋਣੀ ਤਾਂ ਗਾਹਕ ਨੂੰ ਆਪੇ ਫਰਕ ਪੈਣਾ ਜੀ। ਗਾਹਕ ਦਾ ਕੰਮ ਹੈ ਜੀ, ਉਹਨੇ ਕਹਿਣਾ ਜਿਹਨੇ ਕੱਲ੍ਹ 20 ਖੜਿਆ, ਅੱਜ 25 ਗਾਹਕ, ਉਹਨੂੰ ਗਾਹਕ ਨੇ ਲੜਨਾ ਵੀ ਆ ਜੀ। ਅੱਗੇ ਜਿਹੜੇ 5 ਕਿਲੋ ਖੜਦੇ, ਹੁਣ 2.5 ਕਿਲੋ ਖੜਦੇ, 2.5-3 ਕਿਲੋ, ਜਾਨੀ ਕਿ 5 ਕਿਲੋ ਫਰਕ ਪੈ ਜਾਂਦਾ, ਦਿਨੋਂ ਦਿਨ ਫਰਕ ਪੈ ਰਿਹਾ ਜੀ। ਸਬਜ਼ੀ ਬਹੁਤ ਮਹਿੰਗੀ ਹੋ ਗਈ ਜੀ, ਅੱਗੇ ਜਾਣ 4 ਗੁਣਾ ਸਬਜ਼ੀ ਮਹਿੰਗੀ ਹੈ, ਜਿੱਥੇ 10 ਰੁਪਏ ਕਿਲੋ ਗੋਭੀ, ਅੱਜ 50 ਰੁਪਏ ਕਿਲੋ ਜੀ ਟਮਾਟਰ, 10 ਰੁਪਏ ਕਿਲੋ ਜੀ ਟਮਾਟਰ, 60 ਰੁਪਏ ਕਿਲੋ, ਬਹੁਤ ਲੜਦੇ ਆ ਜੀ, ਗਾਲਾਂ ਕੱਢ ਕੇ ਜਾਂਦੇ ਆ। ਗਾਲਾਂ ਕੱਢ ਕੇ ਜਾਂਦੇ, ਕਹਿੰਦੇ ਕਿ ਤੁਸੀਂ ਲੁੱਟ ਮਾਰ ਪਾਈ ਹੋਈ ਹੈ, 10 ਰੁਪਏ ਕਿਲੋ ਗਲੀ 'ਚ ਮਿਲਦੇ, ਅੱਜ 60 ਰੁਪਏ ਕਿਲੋ ਦੀ ਸਬਜ਼ੀ ਹਰੇਕ ਦਾ ਵਧਿਆ ਜੀ। ਪਿਆਜ਼ ਪਹਿਲਾਂ 100 ਦਾ 7 ਕਿਲੋ ਸੀ, ਹੁਣ 5 ਕਿਲੋ ਜੀ। ਪਹਿਲਾਂ ਗੋਭੀ 10-20 ਰੁਪਏ ਕਿਲੋ ਸੀ, ਹੁਣ 50 ਰੁਪਏ ਕਿਲੋ ਹੈ।
टमाटर 10 रुपए किलो जी, जड़ा 60 रुपए किलो जी। ये कारण यह कि दियाँ कीमतें वधिया, तेल की कीमत ना, दवाई का खर्चा वधी गया, खर्चे ना तो रेट वध गया, रसोई का बजट खराब हो गया। जोड़ा गाहक पहला किलो चीज़ कटते अच पाइया कट रहा, जो 2 किलो कटता जी अद्धा किलो लैके जा रहा, इन्ना फर्क पै गया। जितने अं कमंटला ना बेचते उत्त 20-25 किलो तो आ गए। अं तो यही कहना चाहवा जी, तेल कीमत भी घटे तो लोग भी खान। जिस तरह तरीके लॉकडाउन लगा, काम बंद है, लोगों को पैसा तो है नहीं है, दिहाड़ीदार दिहाड़ी नहीं आ। कपड़े वाले जो दुकाना के कटिंग करन डे अंबा की, तुम आप ही सोच लो कि कोई खाएगा गरीब आदमी तो की करेगा। सब्जी लैन आया हाँ जी, सब्जी मतलब रेट बड़े वधे ने, टमाटर 60 रुपये किलो मिल रहे हैं, जदों के पहले 30 रुपये किलो सी। तो डीजल का तो पेट्रोल का रेट भी बहुत ज़्यादा हो गया, तो थोड़े रेट घट होने चाहिए ता कि हर आदमी जड़ा वो सब्जी खरीद सके। ये पेट्रोल डीजल के रेट वधन कारण जी ढोआ ढुआई का साधन महंगा हो गया, इस करके इन्ना भी रेट महंगे करते। हूँ अद्धा किलो खरीदा, पहले किलो खरीदा ही, ये मतलब डबल काम हो गया। अं मंग करने कि थोड़ा रेट घट किया जाए पेट्रोल डीजल का, तो ये सब्जी का भी रेट घट हो। शिवसेना हिंदुस्तान के राष्ट्रीय प्रधान पवन गुप्ता वालों बटाला विखे अपनी पार्टी के नेतावां ते मैंबरां नाल मीटिंग की गई। उत्थे प्रेस कॉन्फ्रेंस राही संबोधन करदे पवन गुप्ता ने आख्या कि पंजाब च खालिस्तान की उठ रही आवाज नूं बंद करवाउण लई केंद्र सरकार सख्त कदम चुके। पूरे पंजाब दे वख-वख जिलियां दा दौरा कर रहे शिवसेना हिंदुस्तान दे राष्ट्रीय प्रधान पवन गुप्ता अज बटाला पहुंचे। उन्हां बटाला विखे प्रेस कॉन्फ्रेंस नूं संबोधन करदिआं श्री अकाल तख्त साहिब दे जथेदार हरप्रीत सिंह वल्लों खालिस्तान दे हक च पिछले दिनी दित्ते बयान नूं गलत करार दित्ता अते उन्हां इस खिलाफ कार्रवाई दी वी मंग कीती है। इस मौके उन्हां कहा कि पंजाब च खालिस्तान अतवाद नाल जुड़े कुछ लोकां नूं पंजाब पुलिस वल्लों गिरफ्तार कीता गया है। आयोजित की गई है क्योंकि पंजाब दे अंदर जो आप देख रहे हैं बड़े पद्धर दे उते लगातार खालिस्तानी आतंकवादी पकड़े जा रहे ने, पंजाब दे कोने कोने तो पकड़े जा रहे ने। मैं जिथे पटियाले तो आना बिल्कुल उस 1 किलोमीटर अगे सेरा सेरी पिंड है, उस सेरा सेरी पिंड तो भी सुखचैन सिंह आतंकवादी पकड़े गए। और जिथे आप बटाले च बैठे हैं उत्थे फरवरी 2020 दे विच शिवसेना हिंदुस्तान के युवा नेता श्री जड़े हनी महाजन सी उहदे उत्ते खालिस्तानी आतंकवादियों ने हमला किया। सब तो बड़ी जड़ी दुखदाई गल हुई 6 जून 2020 नूं जदों ब्लू स्टार ऑपरेशन की बरसी मनाई गई तो अकाल तख्त के मुखी ज्ञानी हरप्रीत सिंह जी ने एक गल कही कि जे कोई सानू सरकार खालिस्तान दे तो असीं लैण नूं तैयार आ। ये जिहड़ा इनवर्टेड कोमियां दे विच गल कही गई, ये गल जरनैल सिंह भिंडरांवाले दे समय तो कही जा रही है और जानबूझ के गल कही गई कि खालिस्तानी आतंकवादियों की जिहड़ी सोच है उस सोच नूं उभारिया जा सके। असीं उस तों बाद ये मंग कीती सी कि सरकार इस नूं हल्के तरीके नाल ना लवे, इहदे उत्ते NSA एक्ट लगा के, क्योंकि अकाली दल दे कोटे दे विचों नियुक्त होए ज्ञानी हरप्रीत सिंह और उन्होंने कोटे च नियुक्त होए SGPC प्रधान उत्ते खुद मौजूद सके, चुप्पी धारण कर ली, उन्होंने समर्थन दे दिता और इन्हों राष्ट्रीय सुरक्षा अधिनियम के तहत गिरफ़्तार किया जाए। क्योंकि पंजाब की एक त्रासदी है कि सिख वोट बैंक नूं ध्यान च रखते हुए कोई भी ऐसी कार्रवाई नहीं की जाती, उन्होंने लगता कि सिख नाराज़ हो जाएंगे। उस तो बाद उस बयान तो बाद गुरबंत बंत सिंह पन्नू जिहड़ा विदेश की धरती पर बैठा है और उन्हें नाम बड़ा वधिया रखा सिख फॉर जस्टिस, भी सिखां लई न्याय दिलाउण लई, जबकि वह आप साबित सूरत सिख नहीं है, कोई उहदे बाल नहीं है, कोई उहदे दाढ़ी नहीं है, कोई वह ककार नहीं धारण करता, पर सिखां नूं न्याय दिलाउण दे नाम ते लखां करोड़ां रुपए दे डॉलर पाकिस्तान दे इशारे दे उत्ते वह हिंदुस्तान नूं तोड़न दी ब्यौत बनांदा रहिंदा है। जिवें अकाल तख्त दे चीफ दा बयान आया, उन्हें कहा कि हुण तां अकाल तख्त दा भी सानू समर्थन हासिल हो गया, सरकार आते हाथ धरके बैठी रही। हुण पिछले दिन ही जिहड़े आतंकवादी पकड़े गए उन्हां आतंकवादियों नूं कहा गया कि ये निर्दोष ने,
अकाल तख्त के मुखी ने दोबारा बयान दागया कि वह तो बड़े गरीब गुरबे ने जी झूठा केस पा दिता। उस तो बाद सुखपाल खहरा जिदा प्यो पहला खालिस्तानी रहा है और कह लग गया कि ये जड़े आतंकवादी है निर्दोष हैं। उस तो बाद बैस ब्रदर जड़े आपने आप नूं कहंदे आ वैसे बड़े सच्चे सुच्चे बंदे हैं असीं तो इंसाफ नहीं लड़दे हैं, उन्होंने नाम भी रखा लोक इंसाफ पार्टी। हुण लोक किहड़े उह थैले चों बिल्ली बाहर आ गई, उन्होंने कहता कि खालिस्तानी आतंकवादी बलवा गुरबंत सिंह पन्नू जड़ा है साढ़े परिवार का मैंबर है। अगर बैस ब्रदर ऐसे परिवार के मैंबर हैं तो मैं एक गल कही है कि साढ़े इतने सेरे पिंड आतंकवादियों के घर सुखपाल खहरा धर्मवीर गांधी जोड़े पटियाला तो लोग सभा सांसद सके जोड़े आम आदमी पार्टी तो हूँ हार गए हैं, लेकिन उसके नाल एक आम आदमी पार्टी के भी प्यारा निर्मल सिंह कुछ इस तरह के नाम के मैंबर विधानसभा उत्थे गए ने। अगर इस तरह दक्तियाँ उठन गया और पंजाब पुलिस जिन्होंने खालिस्तानी अतवादी समझ के पकड़ेगी उन्होंने ये जाके पिट ठोकनगे तो वह दिन दूर नहीं जदों अतवाद का पीरियड फिर पंजाब आएगा। जदों अकाली डर दे मारे दरबार साहब दियां सीढ़ियां नहीं चढ़ते सके लेकिन खालिस्तानी आतंकवादियों नूं भाई साहब का खिताब देंदे सी, डर दे मारे 10-15 साल दरबार साहब नहीं बड़े सी, उस तरह का वातावरण पैदा होएगा। मैं मंग करदा कि जिवें 8 पुलिस कर्मचारी उत्तर प्रदेश पुलिस दे मारे गए, उन्होंने विकास दुबे की सारी प्रॉपर्टी नेशनल नाबूद कर दी, उसी तरह जिहड़े खालिस्तानी आतंकवादी पकड़े गए हैं और जिहड़े खालिस्तानी आतंकवादियों का समर्थन कर रहे हैं, चाहे वह सुखपाल खहरा है, चाहे वह बैस ब्रदर है, चाहे दूसरे लोग हैं, इन्हों दियां संपत्तियां भी कुरक कर लिया जानिया चाहिए। राष्ट्र विरोधी गतिविधियां के तहत इन्हों के खिलाफ़ सख्त कार्रवाई होनी चाहिए है। अगर जिवें अकाल तख्त के मुखी के खिलाफ कार्रवाई नहीं हुई, गोबिंद सिंह लौंगोवाल के खिलाफ कार्रवाई नहीं हुई, उसका नतीजा निकलिया कि पहली बार पंजाब दे विचों कुछ चुने हुए विधायक सबका सांसद उन्हों की पिट ठोकने लिए मैदान च आ गए। बटाला तो विक्रम चीमा दी रिपोर्ट। सूबा पंजाब दे मक्की सरों दे किसानां लई खुशखबरी है क्योंकि हुण कपूरथला दी मार्कफेड फैक्टरी विखे 13 करोड़ दी लागत नाल पशु खुराक निर्माण यूनिट दी स्थापना कीती गई है, जिस लई किसान इस यूनिट राही पशुआं दी फीड लई वड्डी मात्रा च फसलां खरीद सकणगे। कपूरथला दी मार्कफेड फैक्टरी विखे 13 करोड़ दी लागत नाल पशु खुराक निर्माण यूनिट दी स्थापना कीती गई है, जिस लई किसान इस यूनिट राही पशुआं दी फीड लई वड्डी मात्रा च फसलां खरीद सकणगे। यह यूनिट पंजाब दी पहली स्वैचालता इकाई है अते 15 महीनियां दी सख्त मेहनत तो बाद इस यूनिट नू चालू कीता गया है, जिसका उद्घाटन पंजाब दे सहकारिता मंत्री सुखजिंदर सिंह रंधावा ने चंडीगढ़ हैडक्वार्टर तो वर्चुअल प्रणाली नाल कीता। यह नवी इकाई रोजगार दे मौके भी पैदा करेगी ता जो शहर तो लैके पिंड तक छोटे दुकानदार आसानी नाल इस पशु की खुराक फैक्टरी तो लैके किसानां तक पहुँचा सकणगे। इस दे नाल ही यह पशु खुराक घट रेट ते मंडी विच किसानां लई उपलब्ध होवेगी। जिम साहब, ये जिहड़ा अज प्लांट स्थापित किया गया की री जानकारी है और किस विधि नाल रीनोग्रेशन हुई है, की इनपुट थी? ये प्लांट जिहड़ा जी 150 टन कपैसिटी का प्लांट है पर डे, 150 टन कैटल फीड है एक दिन च बना सकता, तो एक्सपेंडेबल हैगा 300 टन पर डे तक। ये प्लांट जिहड़ा आ टोटली ई पैनल्स के थ्रू कंट्रोल किया जाता, पंजाब दे विच वन ऑफ द लेटेस्ट जिहड़ा प्लांट आ वो यही प्लांट है। 13 करोड़ की लागत नाल लगभग असी ये प्लांट तैयार किया, तो बिल्कुल जिन्ना टाइम मिथ्या गया सी उस टाइम दे विच असी इहनूं तैयार कर लिया। अज इहदी इनोग्रेशन रादर ई इनोग्रेशन की गई है मंत्री साहब वालों, तो उस साढ़े फंक्शन दे विच साढ़े ऑनरेबल मिनिस्टर ऑफ कोऑपरेशन एंड जेल्स सरदार सुखजिंदर सिंह रंधावा जी, तो साढ़े स्पैशल चीफ सैकटरी मैम, दैन साढ़े रजिस्ट्रार कोऑपरेटिव सोसाइटी सर, साढ़े MD सर, चेयरमैन सर, तो सारे बोर्ड ऑफ डायरैक्टर्स ने सानू ये वर्चुअल इहदी इनोग्रेशन की है क्योंकि कोविड का टाइम है, उस सारे रिस्क्स नू मद्देनज़र रखते हुए इनू असी ई इनोग्रेट किया। तो इस प्लांट के चलन नाल सानू जिहड़ी किसानां नू जिहड़ी एडवांटेज होनी है वो ये है कि इहदे विच्चों निकलिया होया कैटल फीड जिहड़ा बहुत ज़्यादा होमोजीनियस हुंदा, होमोजीनियस मीनस कि जो असी एक वारी म्यार उहदे तैयार करते हर वारी सेम म्यार दी फीड ही प्रीफेड फॉर्मूले दे हिसाब नाल बनेगी। इन केस कोई भी विच इंग्रीडियंट या कोई प्रोसेस दा फेलियर हुंदा तो प्लांट उत्थे शट डाउन हो जाएगा। ये नहीं है कि विच मान लो मक्की नहीं पई या घट पई तो माल बन जाएगा, नहीं, उत्थे ही शट डाउन हो जाएगा।
बिना म्यार तो ये माल तैयार नहीं होना। सो क्वालिटी जी बहुत यदी हाई स्टैंडर्ड्स की रहेगी। जिम साहब ये जरा 13 करोड़ की लागत में बनया है कि जे आप रोज़गार तो नौकरियों की गल करिए क्योंकि ये आम लोगों की फायदा हो जा रहा है उस पर। आम लोगों यह है कि जिमें हम अपने पिंडा कस्बे करियाने वाले साडे होंगे ने वीर वो साड़ी फीड साडे डीलर बन सकते हैं, साढ़े वड्डे डीलर के अगे सब डीलर बन सकते हैं। मार्केट की फीड वेच के ये मार्जिन चंगे ने वो वधिया अपने पैसे कमा सकते हैं। फार्मर नूं उहदे घरों घर पहुँचाउण लई छोटे लैवल ते जिहड़े पिंडां दे विच हुंदे ने अपने करियाने वाले वो साडी फीड साडे नाल सीधे भी जुड़ सकते हैं, वड्डे साडे डीलरस दे नाल भी जुड़ सकते हैं। जे आपां गल करिए इहदी प्रमोशनल पॉलिसीज़ दी, एडा वड्डा एक यूनिट स्थापित करना ते फिर उस तों बाद जिहड़े क्योंकि जो इहदे विच इनग्रीडियंट्स पैंदे ने या जिहना फीड तैयार हुंदी है फार्मर्स नूं भी तुसीं इनिशिएटिव दे रहे हो कि वह भी आउण और इहदा फायदा लै सकन। अल्टीमेटली तो जी ये जिन्ना भी रॉ मटीरियल है वो फार्मर्स ही उगाते हैं, चाहे वह सीधा फार्मर्स के थ्रू आ जाए या ट्रेडर के थ्रू आ जाए या किसी होर के थ्रू। साडा जिन्ना भी माल हुण जिवें मक्की असी खरीदते हैं, सो मक्की सानू जे कोई फार्मर्स है सानू टेंडर सीधा पाना चाहते हैं सानू सीधा टेंडर पा सकते हैं। सरों की खल है, सरों की एक्सट्रैक्शन है, अल्टीमेटली तो ये फार्मर तो ही खरीदिया हुई चीज़ा ने, सो फार्मर यदा बेनीफिट होना ही होना। आखिर में मनिया जा सकता है कि दुआबा खेत्र के किसान इस यूनिट का बहुत वड्डा फायदा लैन जा रहे हैं आने वाले समय में। बिल्कुल ठीक है जी, दुआबा की माझा मालवा रादर ये तिने ही पंजाब जिहड़ा सारा ही है ये पंजाब नू बहुत वड्डा फायदा रहेगा। सहकारिता दे वास्ते एक बहुत वड्डा कदम आ कि स्टेट ऑफ आर्ट प्लांट जिहड़ा कोऑपरेटिव सोसाइटीज़ च लगा जिहड़ा कि पंजाब च ट्रेंड नहीं सीगा। गुजरात दे विच जे तुसीं देखो तो कोऑपरेटिव दे प्लांट ज़्यादा वधिया ने प्राइवेट नालों, बट पंजाब दे विच प्राइवेट प्लांट्स हुण तक बैटर सीगे जिहड़े कि साडे प्लांट लगन तो बाद हुण असी कह सकते हैं कि कोऑपरेटिव का जिहड़ा ये प्लांट है ये किसी भी प्राइवेट प्लांट तो बैटर है। आखिरी सवाल है जी कि ये लोगों से ये आम गल रहेगी कि जिस तरह तुम क्या कि एक बहुत वधिया क्वालिटी होगी कि रेट्स भी वेरिएबल होंगे कि नॉर्मल रेट्स से हर आदमी खरीद सकेगा। सी साडे कोल इहदे 5 तरह के वेरियंट्स हैगे ने कैटल फीड के, ये पशु तो डिपेंड करता जिहड़ा घट दुध देने वाला पशु उहदे लई साडे कोल टाइप 2 है, फिर सुप्रीम मैश है, टाइप 2 मैश हैगी है, मार्कफेड 5000 मार्कफेड 8000 है। सो इन्हां दे जिहड़े रेट्स ने ऑलरेडी मार्कफेड दे काफ़ी लो ने, बट जिवें कि अज MD साहब ने भी कहा कि साडे कोल क्योंकि मार्जिनस हैगे ने सो असी दोबारा तो इन्हां दे रेट जिहड़ी आ पॉलिसी उहनूं रिव्यू करांगे ते नो डाउट फार्मरस नूं आने वाले कुछ दिनों च एक बहुत वधिया खबर देवांगे रेट घटाने। पुलथ तो मनिंदर कुमार दी रिपोर्ट। समाज सेवा च अपना अहम योगदान पाण वाली प्रमुख जथेबंदी सरबत दा भला चैरिटेबल ट्रस्ट वालों गुरद्वारा श्री फतेहगढ़ साहिब दे रागी सिंघां सेवादारां ते होर लगभग 200 लोड़वंद परिवारां नूं राशन दीआं किट्टां वंडियां गईआं। इस मौके डॉक्टर SP सिंह ओबराए ने कहा कि सरबत दा भला चैरिटेबल ट्रस्ट वालों लगभग पंजाब विच 60,000 दे करीब लोड़वंद परिवारां नूं राशन किट्टां वंडियां जा रहीआं ने ते लगभग 6,000 रागी पाठी अते सेवादारां नूं भी राशन किट्टां वंडियां जा रहीआं ने। इस दे नाल ही SP ओबराए ने कहा कि उन्हां वल्लों विदेशां च खासकर UAE च फसे लोकां नूं भारत लियाउण विच वी उन्हां वल्लों वड्डा योगदान पाया जा रिहा है ते पिछले हफ्ते उन्हां वल्लों 177 लोग भारत लियांदे गए ने ते बाकी फसे लोकां नूं वी जल्द ही भारत लियांदा जावेगा। इस मौके पहुंचे तख्त श्री पटना साहिब दे जथेदार ज्ञानी रणजीत सिंह गौरा ने कहा कि सरबत दा भला चैरिटेबल ट्रस्ट वल्लों बहुत ही मनुखता दी सेवा विच बनदा योगदान पाया जा रिहा है। इस तो इलावा श्रोमणी गुरुद्वारा प्रबंधक कमेटी दे मेंबर भाई अवतार सिंह रिया ने सरबत दा भला चैरिटेबल ट्रस्ट दे समुचे अहुदेदारां दा इस दम बदले धन्नवाद भी कीता। सर्वे दे भला चैरिटेबल ट्रस्ट वल्लों जिहड़ी एक मुहिम शुरू कीती गई सी अज तो 3-4 महीने पहलां राशन समगरी जिहड़ी देण दी, सो उहदे तहत हुण तकरीबन इस महीने विच 60,000 फैमिलियां जिहड़ियां असीं उहनूं टच कर चुके हां जिन्हां नूं एक एक महीने दा राशन जिहड़ा दित्ता जा रिहा। सो अज फतेहगढ़ साहिब च वी सानूं साडे जिहड़े इत्थे दे प्रधान हैगे सर जोरा सिंह जी
ਅਤੇ ਛਾਪਾ ਜੀ ਤੋਂ ਇਹਨਾਂ ਦੇ ਥਰੂ ਸਾਨੂੰ ਪਤਾ ਲੱਗਿਆ ਸੀ ਕਿ ਇੱਥੇ ਸਾਡੇ ਕੁਛ ਰਾਗੀ ਸਿੰਘ ਕੁਛ ਪਾਠੀ ਸਿੰਘ ਸਹਿਬਾਨ ਹਨ ਸੋ ਜਿਹਨਾਂ ਨੂੰ ਕੋਈ ਸਮੱਗਰੀ ਦੇਣੀ ਹੈ ਆਪਾਂ ਸੋ ਅੱਜ ਇੱਥੇ ਤਕਰੀਬਨ 200 ਜਿਹੜੀਆਂ ਫੈਮਲੀਆਂ ਨੂੰ ਦਿੱਤਾ ਗਿਆ ਲੇਕਿਨ ਹੁਣ ਮੈਨੂੰ ਪਤਾ ਲੱਗਾ ਕਿ 150-200 ਅਜੇ ਹੋਰ ਹੈਗੇ ਨੇ ਸੋ ਅਸੀਂ ਉਹਨਾਂ ਨੂੰ ਕਹਿਤਾ ਕਿ ਸਾਨੂੰ ਜਿੰਨੀਆਂ ਵੀ ਫੈਮਲੀਆਂ ਹੈ ਸਾਨੂੰ ਲਿਸਟ ਬਣਾ ਕੇ ਦਿਓ ਜਿੰਨਾ ਰਾਸ਼ਨ ਚਾਹੀਦਾ ਹੈ ਜਾਂ ਹੋਰ ਵੀ ਕੋਈ ਚੀਜ਼ ਚਾਹੀਦੀ ਹੈ ਤਾਂ ਉਹ ਅਸੀਂ ਦੇਣ ਨੂੰ ਤਿਆਰ ਹਾਂ ਇੱਕ ਹੋਰ ਜਿਹੜੀ ਇੱਥੇ ਪੰਜੋਲਾ ਸਾਹਿਬ ਗੱਲ ਸਾਡੇ ਗ੍ਰੰਥੀ ਸਿੰਘ ਸਾਹਿਬਾਨ ਹੈਗੇ ਨੇ ਜਿਨ੍ਹਾਂ ਦੇ ਮਕਾਨ ਬਿਲਕੁਲ ਟੁੱਟ ਚੁੱਕੇ ਨੇ ਛੱਤ ਨਹੀਂ ਹੈਗੀ ਮੈਂ ਕਹਿਣਾ ਚਾਹਾਂਗਾ ਕਿ ਪੂਰੇ ਪੰਜਾਬ ਦੇ ਵਿੱਚ ਇਹੋ ਜਿਹੇ ਕੋਈ ਅਗਰ ਸਿੰਘ ਸਾਹਿਬਾਨ ਹੈਗੇ ਨੇ ਜਿਨ੍ਹਾਂ ਦੇ ਘਰ ਉੱਤੇ ਛੱਤ ਨਹੀਂ ਹੈ ਤਾਂ ਉਹ ਵੀ ਸਾਨੂੰ ਦੱਸਣ ਉਹ ਫਾਰਮ ਭਰ ਕੇ ਸਾਨੂੰ ਦੇਣ ਅਤੇ ਅਸੀਂ ਉਹਨਾਂ ਦਾ ਮਕਾਨ ਜਿਹੜਾ ਅਸੀਂ ਉਹਨਾਂ ਨੂੰ ਬਣਾ ਕੇ ਦਿਆਂਗੇ ਦੁਬਾਰਾ ਅਤੇ ਇਹ ਤਕਰੀਬਨ ਹੁਣ ਤੱਕ 6000 ਤੋਂ ਉੱਤੇ ਜਿਹੜੇ ਸਾਡੇ ਪਾਠੀ ਸਿੰਘ ਸਾਡੇ ਰਾਗੀ ਸਿੰਘ ਜਿਹੜੇ ਨੇ ਕੁਸ਼ਰੀ ਹੈਗੇ ਨੇ ਢਾਡੀ ਸਿੰਘ ਹੈਗੇ ਨੇ ਸੋ ਇਹਨਾਂ ਨੂੰ ਰਾਸ਼ਨ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਸ ਮਹੀਨੇ ਵੀ ਦਿੱਤਾ ਗਿਆ ਪਿਛਲੇ ਮਹੀਨੇ ਵੀ ਦਿੱਤਾ ਗਿਆ ਔਰ ਅਗਲੇ ਆਉਣ ਵਾਲੇ 3-4 ਮਹੀਨੇ ਜਦੋਂ ਤੱਕ ਇਹ ਮਹਾਂਮਾਰੀ ਰਹੇਗੀ ਇਹ ਰਾਸ਼ਨ ਬਿਲਕੁਲ ਉਹਨਾਂ ਦੇ ਘਰ ਇਸੇ ਤਰ੍ਹਾਂ ਪਹੁੰਚਾਇਆ ਜਾਏਗਾ ਕੰਮ ਕਰ ਰਹੀ ਹੈ ਉਹਦੇ ਕੰਮ ਸ਼ਲਾਘਾਯੋਗ ਨੇ 28,000 ਤੋਂ ਉੱਤੇ ਕਰਮਚਾਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰਿਆਂ ਨੂੰ ਰਿਹਾਇਸ਼ਾਂ ਦਿੱਤੀਆਂ ਨੇ ਉਹਨਾਂ ਨੂੰ ਤਨਖਾਹਾਂ ਨੇ 2 ਦਿਨ ਪਹਿਲਾਂ ਉਹਨਾਂ ਦੇ ਅਕਾਊਂਟ 'ਚ ਤਨਖਾਹ ਚੱਲੀ ਜਾਂਦੀ ਜਿਹੜੀ ਗੱਲ ਖੂਬੀ ਵਾਲੀ ਉਹ ਵੀ ਜ਼ਰੂਰ ਕਿਹਾ ਕਰੋ ਬਹੁਤ ਸਾਰਾ ਚੰਗੇ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਜੇ ਕੋਈ ਸਿੱਖ ਕਰ ਰਿਹਾ ਉਹ ਵੀ ਸਨਮਾਨਯੋਗ ਸਿੰਘ ਸਾਹਿਬ ਜਿਹੜਾ ਇਹ ਅੱਜ ਸਾਹਿਬ ਨੇ ਇਹ ਉਪਰਾਲਾ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਉਪਰਾਲਾ ਮੈਂ ਪ੍ਰਾਰਥਨਾ ਕਰਨਾ ਵੀ ਹਰ ਸਿੱਖ ਨੂੰ ਗੁਰੂ ਹਿਰਦਾ ਓਬੇ ਰਾਏ ਜੀ ਵਰਗਾ ਦੇਵੇ ਔਰ ਉਹ ਜਿਹੜਾ ਹੈ ਸੇਵਾ ਮਨੁੱਖਤਾ ਦੀ ਕਰਨ ਉਹ ਕਿੰਨਾ ਸੋਹਣਾ ਉਹਨਾਂ ਨੇ ਆਖਿਆ ਕਿ ਜਿਨ੍ਹਾਂ ਦੇ ਛੱਤ ਨਹੀਂ ਹੈਗੇ ਜਾਂ ਕਮਜ਼ੋਰ ਨੇ ਅਸੀਂ ਛੱਤ ਵੀ ਬਣਾ ਕੇ ਦੇਵਾਂਗੇ ਇਹ ਸੋਚ ਬਹੁਤ ਵੱਡੀ ਸੋਚ ਹੈ ਔਰ ਇੱਕ ਸਿੱਖ ਦੀ ਸੋਚ ਹੈ ਜੋ ਸਤਿਗੁਰੂ ਨੇ ਉਸ ਨੂੰ ਬਖਸ਼ੀ ਹੈ ਸਤਿਗੁਰੂ ਮਿਹਰਾਂ ਕਰਨ ਅਤੇ ਸਾਰੇ ਮਿਲ ਕੇ ਮੈਂ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਜਿਹੜੀਆਂ ਖੂਬੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਉਭਾਰੋ ਉਹ ਜਿਹੜੀਆਂ ਖਾਮੀਆਂ ਤਾਂ ਹਰ ਸੰਸਥਾ 'ਚ ਮਿਲ ਜਾਣਗੀਆਂ ਹਰ ਵਿਅਕਤੀ 'ਚ ਮਿਲ ਜਾਣਗੀਆਂ ਹੋ ਸਕਦਾ ਅਸੀਂ ਇੱਥੇ ਅੱਜ ਰਾਸ਼ਨ ਲੈ ਕੇ ਆ ਰਹੇ ਹੋਏ ਅਤੇ ਕੋਈ ਲਿਫਾਫਾ ਰਸਤੇ 'ਚ ਫਟ ਜਾਏ ਅਤੇ ਕੋਈ ਰਾਸ਼ਨ ਗਿਰ ਜਾਏ ਤਾਂ ਉਹ ਗਿਰੇ ਹੋਏ ਨੂੰ ਨਾ ਉਭਾਰੋ ਜਿਹੜਾ ਵੰਡਿਆ ਜਾ ਰਿਹਾ ਉਹਨੂੰ ਸੰਗਤਾਂ ਤੱਕ ਪਹੁੰਚਾਓ ਖੰਨਾ ਤੋਂ ਸੰਜੇ ਸੈਣੀ ਦੀ ਰਿਪੋਰਟ ਫਗਵਾੜਾ ਵਿਖੇ ਬੀਤੇ ਦਿਨੀ ਰਣਜੀਤ ਨਗਰ 'ਚ ਹੋਏ ਇੱਕ ਵਿਅਕਤੀ ਦੇ ਕਤਲ ਨੂੰ ਪੁਲਿਸ ਨੇ ਟਰੇਸ ਕਰ ਲਿਆ ਹੈ ਦੱਸ ਦਈਏ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਫਗਵਾੜਾ ਦੇ ਮਹੱਲਾ ਰਣਜੀਤ ਨਗਰ 'ਚ 3 ਸਾਲ ਪਹਿਲਾਂ ਇੰਗਲੈਂਡ ਤੋਂ ਆਏ ਵਿਅਕਤੀ ਦਾ ਉਸ ਦੇ ਘਰ ਵਿੱਚ ਹੀ ਕਿਸੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਜਿਸ ਮਾਮਲੇ ਨੂੰ ਪੁਲਿਸ ਨੇ ਸੁਲਝਾਉਂਦਿਆਂ ਮ੍ਰਿਤਕ ਵਿਅਕਤੀ ਦੀ ਨੂੰਹ ਅਤੇ ਉਸ ਦੀ ਸਕੀ ਭੈਣ ਨੂੰ ਗ੍ਰਿਫਤਾਰ ਕੀਤਾ ਹੈ ਇਸ ਮੌਕੇ DSP ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਦੀ ਨੂੰਹ ਅਤੇ ਉਸ ਦੀ ਸਕੀ ਭੈਣ ਨੇ ਆਪਣੇ ਸਾਥੀ ਨਾਲ ਮਿਲ ਕੇ ਸਹੁਰੇ ਦਾ ਕਤਲ ਕੀਤਾ ਸੀ ਹੰਸਰਾ ਜੋ ਕਿ ਰਣਜੀਤ ਨਗਰ ਦਾ ਰਹਿਣ ਵਾਲਾ ਜੋ ਕਿ ਇੰਗਲੈਂਡ ਤੋਂ ਕਰੀਬ 3-4 ਸਾਲ ਪਹਿਲਾਂ ਆਇਆ ਸੀ ਅਤੇ ਉਸ ਨੂੰ ਪੈਰਾਲਾਈਜ਼ ਦਾ ਅਟੈਕ ਵੀ ਹੋਇਆ ਸੀ ਘਰ ਬਿਮਾਰ ਰਹਿੰਦਾ ਸੀ ਅਤੇ ਕੱਲ੍ਹ ਉਹਦੀ ਜਿਹੜੀ ਵਾਈਫ ਸੀ ਉਹ ਵੀ ਬਿਮਾਰ ਹੋ ਗਈ ਸੀ ਇੱਕ ਬੇਟਾ ਉਹਦਾ GV ਹੋਸਪਿਟਲ ਨਾਲ ਉਹਨੂੰ ਲੈ ਕੇ ਕੱਲ੍ਹ ਦਾਖਲ ਕਰਾਉਣ ਗਿਆ ਸੀ ਅਤੇ ਉਹਦਾ ਜਦੋਂ ਕਤਲ ਹੋਣ ਤੋਂ ਬਾਅਦ ਫਿਰ ਸਾਡੀਆਂ ਜਿਹੜੀਆਂ ਟੀਮਾਂ ਹੈਗੀਆਂ SHO ਸਾਹਿਬ ਸਾਡੇ ਸਤਨਾਮਪੁਰ SHO ਰਾਵਲਪਿੰਡੀ SP ਸਾਹਿਬ ਸਾਡੇ CA ਸਟਾਫ ਦੀਆਂ ਟੀਮਾਂ ਸਾਰੀਆਂ ਨੇ ਜਿਹੜਾ ਡੂੰਘਾਈ ਨਾਲ ਉਹਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਹੈ ਦੌਰਾਨੇ ਇਨਵੈਸਟੀਗੇਸ਼ਨ ਜਿਹੜਾ ਉਸੇ ਘਰ ਦੇ ਵਿੱਚ ਰਹਿਣ ਵਾਲੀ ਉਸ ਹੰਸਰਾਜ ਦੀ ਨੂੰਹ ਕਮਲੇਸ਼ ਕੌਰ ਅਤੇ ਇੱਕ ਉਹਦੀ ਜਿਹੜੀ ਹੈਗੀ ਆ ਸਿਸਟਰ ਸਦੇਸ਼ ਜੋ ਕਿ ਚੂੜ ਵਾਲੀ ਪੁਲਿਸ ਸਟੇਸ਼ਨ ਆਦਮਪੁਰ ਉੱਥੇ ਰਹਿਣ ਇੱਕ ਇਹਨਾਂ ਦਾ ਕਲੋਜ਼ਲੀ ਬਾਟੋਕਾਰ ਜਸਵੀਰ ਸਿੰਘ ਜੋ ਕਿ ਹਾਲ ਫਾਸੀ ਉੱਚਾ ਪਿੰਡ ਰੈਜੀਡੈਂਸ PS ਪਤਾਰਾ ਦਾ ਰਹਿਣ ਵਾਲੇ ਸੀ ਨਾਲ ਇਹਨਾਂ ਤਿੰਨਾਂ ਨੇ ਜਿਹੜਾ ਹੈਗਾ ਇਹ ਆਪਸ ਵਿੱਚ ਰਲ ਕੇ ਇਹਨਾਂ ਨੇ ਮਰਡਰ ਕੀਤਾ ਅਤੇ ਕਰੀਬ 8 ਲੱਖ ਰੁਪਈਆ ਵੀ ਜਿਹੜਾ ਕਰੋ ਚੋਰੀ ਕਰ ਲਿਆ ਸੀ ਇਹਦਾ ਇਹਦੇ ਵਿੱਚ ਅਸੀਂ 2 ਦੋਸ਼ੀ ਜਿਹੜੇ ਕਮਲੇਸ਼ ਕੌਰ ਅਤੇ ਸੁਦੇਸ਼ ਕੁਮਾਰੀ ਅਸੀਂ ਦੋਵੇਂ ਜਿਹੜੇ ਗ੍ਰਿਫਤਾਰ ਕਰ ਲਏ ਆ ਅਤੇ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਜਿਹੜੀ ਅਗਲੀ ਰਿਕਵਰੀ ਵਗੈਰਾ ਸਾਰੀ ਕਰਵਾ ਰਹੇ ਤੀਸਰੇ ਦੋਸ਼ੀ 'ਤੇ ਵੀ ਸਾਡੀਆਂ ਜਿਹੜੀਆਂ ਰੇਅਰ ਟੀਮਾਂ ਗਈਆਂ ਹੋਈਆਂ ਤੀਸਰਾ ਦੋਸ਼ੀ ਵੀ ਜਿਹੜੇ ਜਲਦੀ ਗ੍ਰਿਫਤਾਰ ਕਰ ਲਏ ਸਾਹਿਬ ਇਹਦੇ ਵਿੱਚ ਪੈਸੇ ਮਿਲੇ ਆ ਕਿ ਨਹੀਂ ਮਿਲੇ ਪੈਸਿਆਂ ਵਾਸਤੇ ਸਾਡੀ ਰਿਕਵਰੀ ਕਰਾਉਣ ਵਾਸਤੇ ਸਾਡੀਆਂ ਟੀਮਾਂ ਹਜੇ ਚੱਲ ਰਹੀਆਂ ਤੀਸਰਾ ਦੋਸ਼ੀ ਜਿਹੜਾ ਇੱਕ ਰਹਿੰਦਾ ਵਿੱਚ ਫੜਨ ਵਾਲਾ ਉਹਦੇ ਮਗਰ ਵੀ ਲੱਗੇ ਹੋਣਾ ਇਹਨੂੰ ਵੀ ਪੈਸੇ ਵੀ ਇੱਕ ਦੋਵੇਂ ਜਲਦੀ ਹੀ ਰਿਕਵਰ ਕਰਾਉਣ ਕੀ ਸਾਹਮਣੇ ਕੀ ਆਇਆ ਕਾਰਨ ਕੀ ਲੱਗਾ ਜੀ ਮਾਰਨ ਦਾ ਕਾਰਨ ਇਹਦੇ ਵਿੱਚ ਮਾਰਨ ਦਾ ਕਾਰਨ ਇਹ ਸੀ ਵੀ ਜਿਹੜੀ ਕਮਲੇਸ਼ ਕੌਰ ਉਹ ਵੀ ਫਾਈਨੈਂਸ਼ਲੀ ਜਿਹੜੇ ਬਹੁਤ ਵੀਕ ਸੀ ਲੇਬਰ ਵਗੈਰਾ ਉਹਦੇ ਘਰ ਆ ਵੀ ਲੇਬਰ ਵਗੈਰਾ ਕਰਦਾ ਸੀ ਇੱਕ ਲੜਕੀ ਸੀ ਉਹਨਾਂ ਦੀ ਸੁਦੇਸ਼ ਕੁਮਾਰੀ ਜਿਹੜੀ ਉਹ ਵੀ ਫਾਈਨੈਂਸ਼ਲੀ ਬਹੁਤ ਵੀਕ ਸੀ ਉਸਦੇ ਵੀ 2 ਲੜਕੀਆਂ ਸੀ 2 ਲੜਕੇ ਸੀ ਅਤੇ ਤੀਸਰੀ ਜਿਹੜੀ ਜਸਵੀਰ ਸਿੰਘ ਉਹਦੀਆਂ ਵੀ 2 ਬੇਟੀਆਂ ਸੀ ਇਹ ਫਾਈਨੈਂਸ਼ਲੀ ਜਿਹੜੇ ਤਿੰਨੇ ਬਹੁਤ ਵੀਕ ਸੀ ਇਸ ਕਰਕੇ ਇਹਨਾਂ ਨੂੰ ਪਤਾ ਸੀ ਘਰ ਦੇ ਵਿੱਚ ਜਿਹੜਾ ਹੰਸਰਾਜ ਨੇ ਜਿਹੜਾ 8-9 ਲੱਖ ਰੁਪਈਆ ਉਹਦੇ ਕੋਲ ਪਲਾਟ ਵੇਚਿਆ ਪੈਸੇ ਘਰ ਦੇ ਵਿੱਚ ਪਏ ਆ ਅਤੇ ਘਰ ਦੇ ਵਿੱਚ ਕੋਈ ਵੀ ਹੈ ਨਹੀਂ ਅੱਜ ਅਤੇ ਇਸ ਕਰਕੇ ਇਹਨਾਂ ਨੇ ਉਹਦਾ ਮਰਡਰ ਕਰਕੇ ਉਹ ਜਿਹੜੇ ਪੈਸੇ ਜਿਹੜੇ ਆ ਲੈ ਗਏ ਸਰ
ਜਸਵੀਰ ਸਿੰਘ ਦਾ ਚੈੱਕ ਕਰਾਇਆ, ਹਾਲੇ ਉਹਦਾ ਸਾਨੂੰ ਕ੍ਰਿਮੀਨਲ ਰਿਕਾਰਡ ਨਹੀਂ ਮਿਲਿਆ, ਖਰਾਬ ਕੋਈ ਕੇਸ ਰਜਿਸਟਰ ਨਹੀਂ ਸਾਨੂੰ ਮਿਲਿਆ। ਜਿਹੜਾ ਮਰਡਰ ਨੂੰ ਅੰਜਾਮ ਦਿੱਤਾ ਕਿੰਨੇ ਕੁ ਵਜੇ ਤੱਕ ਦਿੱਤਾ ਇਹਨਾਂ ਦੀ ਰਾਤ ਨੂੰ? ਇਹਨਾਂ ਕਰੀਬ ਇੱਕ ਤੋਂ ਦੋ, ਕਰੀਬ ਇੱਕ ਵਜੇ ਤੋਂ ਲੈ ਕੇ ਰਾਤ ਦੋ ਵਜੇ ਤੱਕ ਜੋ ਸਾਨੂੰ ਕੋਈ ਫੁਟੇਜ ਮਿਲੀਆਂ, ਕੋਈ ਹੋਰ ਸਾਨੂੰ ਲੀਡ ਮਿਲੀਆਂ, ਉਹਨਾਂ ਤੋਂ ਸਾਨੂੰ ਇੱਕ ਤੋਂ ਦੋ ਦੇ ਵਿੱਚ ਵਿਚਕਾਰ ਇਹ ਮਰਡਰ। ਫਗਵਾੜਾ ਤੋਂ ਰਮੇਸ਼ ਲਾਲ ਦੀ ਰਿਪੋਰਟ। सरकार वालों हाल ही लिया जा रहे एक देश एक मंडी और बिजली बिल 2020 का विरोध करद्या किसानों वालों तरन तारण विखे किसान संघर्ष कमेटी की अगवाई विच रोस रैली का आयोजन किया गया। इस रैली च वड्डी गिणती च किसान अते किसान बीबियां शामिल होईयां अते सरकार वालों लिया जा रहे नवे कानून खिलाफ नारेबाजी की अते उक्त कानून वापस लैण दी मंग भी की गई। इस मौके किसान संघर्ष कमेटी के आगू सविंदर सिंह चौटाला ने सरकार वालों लियांदे जा रहे उक्त कानूनां नूं सूबे अते खासकर किसान मजदूर अते मुलाजम वर्ग लई घातक दसदियां कहा कि ओ ए रोस प्रदर्शन कर रहे ने अते काले कानून वापस लैण दी मंग करदे ने अते उन्हां कहा कि किसी भी सूरत विच उक्त कानून लागू होण नहीं दिता जावेगा। किसान मजदूर संघर्ष कमेटी दा सीनियर मजदूर प्रधान सविंदर सिंह चौटाला बोल रहा, अज जी इतने कन्वेंशन कर रहे हैं जिहड़ी मोदी सरकार ने तीन आर्डिनेंस पैदा किए हैं पिछले दिनों दे विच ते पार्लीमेंट के इजलास दे विच उन्होंने कानून बनाने जा रहे हैं उहदे संबंध दे विच उहदे विरोध दे विच उह जिहड़े आर्डिनेंस खेती मंडी टुटण वाले जिहड़े हैगे आ व्यापारी नूं सीधे अधिकार देते आ पिंडां जाके अपनी फसल की खरीद करे। आ जिहड़ा मंडीकरण का ढांचा सारा जिहड़ा 36,000 करोड़ रुपये का ये सारे का सारा ही टुट जाना तय हो जाना जिदे किसान भी जाना आड़तियाँ भी जाना 3,00,000 पलेदार वह भी जाना मुनीम भी जाने तो जड़िया नौकरियां सारिया इन सैकटरी बैठे चेयरमैन बैठे ये भी जाने ये विरोध के अं कानफ्रेंस डै करना तो अपने लोगों शक्ति प्रदर्शन करके सरकार ये दसन डे हाँ भी जे तू ये सारा कुछ तोड़ता तो फिर किसान वास्ते बहुत वड्डी जी मुश्किल खड़ी होनी आनू जरा रोको तो किसान अगे खुदकशियां कर रहा तो जो व्यापारी के हाथ सारा कुछ चल गया तो फिर सरकार MSP तोड़ती आदा जो कणक झोना जो भा ये बजता तो माड़ा मोड़ सरकार खरीदती आ तो व्यापारी लुट नहीं करता जे उस तो भी सरकार MSP तो भजदी आ तो फिर इतने तबाही का मंजर आ किसान व्डे पद्धर से जोड़िया खुदकशियां इतने करे उस संबंध में अं कन्वेंशन कर जा रहे अज जिदे अज इत पलेदार आड़तीए तो होर वर्ग भी साढ़े नाल इत्थे अज बहणगे तो सारे कायदा आर्डिनेंस दा विरोध करांगे। तरन तारण तो सुखजिंदर सिंह दी रिपोर्ट। बारिश दा मौसम आण कारण किसानां नूं मुश्किलां दा सामना करना पै रिहा है। बारिश कारण टुटे रजवाहियां कारण किसानां दी कई एकड़ फसल खराब हो गई है। लहरा गागा च लगातार हो रही बारिश किसानां लई परेशानी दा सबब है। इस दे चलदिया किसानां ने सरकार नूं रजवाहे पक्के करन दी मंग कीती है। लहरा गागा दे मूनक दे कोल पिंड सेरगढ़ च लगातार हो रही बारिश दे चलदे किसानां नूं काफी मुश्किलां दा सामना करना पै रिहा है। इस दे नाल ही प्रशासन दे वादियां दी भी पोल खुल रही है। इस मौके किसानां ने कहा कि मीं दे मौसम च जो रजवाहे ने ओ टुट रहे ने अते पानी दा पद्धर वधन दी वजह नाल इस रजवाहे दे टुटन कारण पानी फसलां विच जा रिहा है जिस दे नाल किसानां नूं भारी नुकसान हो रिहा है। उत्थे इस दे चलदिया किसानां ने दस्या कि ਉਹ ਲੰਬੇ ਸਮੇਂ ਤੋਂ ਇਹਨਾਂ ਦਾ ਪੱਕਾ ਹੱਲ ਕਰਵਾਉਣ ਲਈ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਨੇ ਪਰ ਉਹਨਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਹਨਾਂ ਦੱਸਿਆ ਕਿ ਹਰ ਵਾਰ ਬਾਰਿਸ਼ ਦੇ ਮੌਸਮ 'ਚ ਕਿਸਾਨ ਆਪਣੇ ਆਪ ਹੀ ਇਹਨਾਂ ਨੂੰ ਮਿੱਟੀ ਪਾ ਕੇ ਪੱਕਾ ਕਰਦੇ ਨੇ ਪਰ ਉਸ ਦੇ ਬਾਵਜੂਦ ਵੀ ਜ਼ਿਆਦਾ ਮੀਂਹ ਪੈਣ ਕਾਰਨ ਪਾਣੀ ਉਹਨਾਂ ਦੀਆਂ ਫਸਲਾਂ ਤੱਕ ਪਹੁੰਚ ਜਾਂਦਾ ਹੈ ਅਤੇ ਉਹਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਨੇ। ਲਹਿਰਾ ਗਾਗਾ ਤੋਂ ਗਗਨਦੀਪ ਸਿੰਘ ਦੀ ਰਿਪੋਰਟ। ਤੇ ਸਨ ਹੁਣ ਤੱਕ ਦੀਆਂ ਖਬਰਾਂ। ਹੋਰ ਵਧੇਰੀ ਜਾਣਕਾਰੀ ਲਈ ਜੁੜੇ ਰਹੋ ਸਵੇਰਾ ਪੰਜਾਬ ਦੇ ਨਾਲ।